ਚਾਹੇ ਉਹਨੂੰ ਹਾਂ ਆਪਾਂ ਇੰਟਰਨੈਟ ਨਾਲ ਵੀ ਜੋੜ ਸਕਦੇ ਹਾਂ। ਠੀਕ ਹੈ, ਵੀ ਬੰਦੇ ਦੇ ਬੰਦਾ ਫੋਨ ਤੇ, ਫੋਨ ਬੰਦਾ ਜਿੱਥੇ ਮਰਜ਼ੀ ਬੈਠਾ ਹੈ, ਜਿੱਥੇ ਮਰਜ਼ੀ ਬੈਠਾ ਉਹਦੇ ਫੋਨ ਨਾਲ ਕੰਟੈਕਟ ਹੋ ਜਾਊਗਾ। ਓਕੇ, ਜਦੋਂ ਕੋਈ ਵੀ ਬੰਦਾ ਜਿਹੜਾ ਬੰਦਾ ਕੰਮ ਕਰਦਾ, ਹਾਂ, ਤੇ ਜਦੋਂ ਉਹ ਕੰਮ ਕਰੂਗਾ ਉਹਦੇ ਕੋਲੇ ਮੈਸੇਜ ਜਾਊਗਾ ਵੀ ਇਹਨੇ ਕਿੰਨਾ ਚਾਰ ਪਾਤਾ, ਕਿੰਨਾ ਚਾਰ ਪਾਤਾ, ਵੀ ਵਜਨ ਕਿੰਨਾ ਸੀਗਾ, ਹਾਂ ਵੀ ਕਿੰਨਾ ਵਜਨ ਹੈ, ਇਹਦੇ ਉੱਤੇ ਉਹ ਬੈਠਾ ਉੱਥੋਂ ਚੇਂਜ ਵੀ ਕਰ ਸਕਦਾ। ਓਕੇ, ਬਾਕੀ ਮਸ਼ੀਨ ਨੇ ਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿਹੜੀ ਅੱਜ ਮਸ਼ੀਨ ਦਿਖਾਉਣ ਲੱਗੇ ਹਾਂ ਜੀ, ਇਹ ਇੰਡੀਆ ਦੀ ਪਹਿਲੀ ਮਸ਼ੀਨ ਹੈ, ਅਤੇ ਲਓ ਫਿਰ ਬਾਬਾ ਜੀ ਨੂੰ ਸਭ ਤੋਂ ਪਹਿਲਾਂ ਤਾਂ ਦੇਈਏ ਇਹਦੀਆਂ ਚਾਬੀਆਂ, ਤਾਂ ਕਰਤਾਰ ਬਾਈ ਨੇ ਦੇ ਦਿੱਤੀਆਂ ਚਾਬੀਆਂ, ਅਤੇ ਬਾਕੀ ਨਾਲੇ ਬਾਈ ਨੂੰ ਵਧਾਈਆਂ, ਜਿਹੜੀ ਇੰਡੀਆ ਦੀ ਪਹਿਲੀ ਮਸ਼ੀਨ ਇਹਨਾਂ ਨੇ ਬਣਾਈ ਹੈ, ਅਤੇ ਇਹ ਅੱਜ ਡੈਰੀ ਧੰਦੇ ਦੀ ਇੱਕ ਐਂ ਕਹਿ ਸਕਦੇ ਹਾਂ ਕ੍ਰਾਂਤੀ ਲਿਆਉਣ ਵਾਲੀ ਮਸ਼ੀਨ ਹੈ। ਇੱਕ ਬੰਦਾ 200, 400, 500 ਮੱਝਾਂ ਚਾਹੇ ਗਾਵਾਂ ਇਕੱਲਾ ਫਾਰਮ ਸੰਭਾਲ ਸਕਦਾ ਕੱਖ ਪੱਠੇ ਪਾਉਣ ਵਾਲਾ ਕੰਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਲਓ ਜੀ ਅੱਜ ਗੱਲ ਕਰਵਾਉਣੀ ਆਪਾਂ ਕਰਤਾਰ ਮਿਸਤਰੀ ਨਾਲ, ਨਾਲ ਮਹਾਂਪੁਰਸ਼ ਵੀ ਆ, ਅਤੇ ਆਪਾਂ ਸਾਰੀ ਡਿਟੇਲ ਪੁੱਛਦੇ ਹਾਂ ਵੀ ਕਿਹੜੇ ਪਿੰਡ ਕਿੱਥੇ ਹੁਣ ਮਸ਼ੀਨ ਜਾਣੀ ਆ, ਅਤੇ ਨਾਲੇ ਆਪਾਂ ਸਭ ਤੋਂ ਅਹਿਮ ਗੱਲ ਹੈਗੀ ਜਿਹੜੀ ਆਪਾਂ ਫਿਊਚਰ ਪੁੱਛੀ ਇਹਦੇ, ਜਿੱਦਾਂ ਦੀ ਮਤਲਬ ਇਹ ਮਸ਼ੀਨ ਬਣਾਈ ਆ ਜਿਵੇਂ ਬਾਹਰਲੀ ਤਕਨੀਕ 'ਤੇ ਆ, ਤਾਂ ਉੱਦਾਂ ਦੇ ਜਿਹੜੇ ਇਹਦੇ ਅੰਦਰ ਆ ਜਿਹੜੇ ਫਿਊਚਰ ਪਾਏ ਗਏ ਆ, ਹਰ ਮਤਲਬ ਜਿਹੜੀ ਜ਼ਰੂਰਤ ਹੁੰਦੀ ਆ ਆਪਾਂ ਨੂੰ ਮਤਲਬ ਫੀਡਿੰਗ ਤੋਂ ਲਾ ਕੇ, ਉਹ ਸਾਰੀ ਜ਼ਿਆਦਾ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿਹੜੀ ਕਿਹੜੀ ਤਕਨੀਕ ਆ ਜਿਹੜੀ ਇਹਦੇ ਵਿੱਚ ਹੈ। ਤਾਂ ਹੁਣ ਇੱਕ ਬੰਦੇ ਦਾ ਕੰਮ ਹੀ ਰਹਿ ਗਿਆ ਮਿੱਤਰੋ ਫਾਰਮ ਸਾਂਭਣ ਦਾ, ਸੈਲਜ ਦੇ ਕੋਲੇ ਵੀ ਮਸ਼ੀਨ ਲਾ ਦੇਣੀ ਆ ਪੱਟ ਕੇ, ਤਾਂ ਅੰਦਰ ਛੱਡ ਦੇਣਾ, ਤੂੜੀ ਕੋਲੇ ਵੀ ਮਸ਼ੀਨ ਲਾ ਦੇਣੀ ਆ, ਠੀਕ ਆ, ਜਿਵੇਂ ਆਪਦਾ ਸਿਸਟਮ ਬਣਾਇਆ ਵਾ, ਅਤੇ ਜਾ ਕੇ ਗਾਵਾਂ ਨੂੰ ਆਪ ਹੀ ਮਸ਼ੀਨ ਨੇ ਪਾਇਆ ਹੋਣਾ, ਹੈ ਨਾ, ਉਹ ਸਿਸਟਮ ਬਣ ਗਿਆ ਹੁਣ। ਤਾਂ ਇਸ ਕਰਕੇ ਨਾਲੇ ਬਾਈ ਨੂੰ ਦਿਓ ਵਧਾਈਆਂ, ਨਾਲੇ ਜਲਦੀ ਜਲਦੀ ਕਰੋ ਸ਼ੇਅਰ, ਅਤੇ ਨਾਲੇ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਕਰਤਾਰ ਬਾਈ ਕੀ ਹਾਲ ਹੈ? ਠੀਕ ਠਾਕ ਜੀ, ਬਹੁਤ ਵਧੀਆ ਜੀ। ਕਰਤਾਰ ਬਾਈ, ਇਹ ਆਪਣਾ ਜਿਹੜਾ ਮਾਡਲ ਬਣਾਇਆ ਇਹ ਫਸਟ ਮਾਡਲ ਹੀ ਇੰਡੀਆ ਦਾ, ਹੈ ਨਾ? ਫਸਟ ਮਾਡਲ ਹੈ। ਹਾਂ, ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਭਾਈ ਇਹ ਪਹਿਲੀ ਮਸ਼ੀਨ ਹੈ ਇੰਡੀਆ ਦੀ ਜਿਹੜੀ ਆਪ। ਹਾਂ ਜੀ, ਬਾਹਰੋਂ ਆਉਂਦੀਆਂ। ਹਾਂਜੀ, ਇੱਥੇ ਆਪਣੀ ਪਹਿਲੀ, ਆਪਣੀ ਪਹਿਲੀ ਹੈ ਇੰਡੀਆ ਦੇ ਵਿੱਚ ਜਿਹੜੀ ਤਿਆਰ ਹੋਈ ਹੈ, ਉਹ ਪਹਿਲੀ ਮਸ਼ੀਨ ਹੈ। ਤਾਂ ਬਾਕੀ ਵੀਰੇ ਹੁਣ ਆਪਾਂ ਜਿਵੇਂ ਆਪਾਂ ਗੱਲ ਕਰੀਏ ਇਹਦੇ ਵਿੱਚ ਫਿਊਚਰਾਂ ਦਾ, ਹੈ ਨਾ, ਤਾਂ ਆਪਾਂ ਅੱਗੇ ਤਾਂ ਚਲੋ ਆਪਾਂ ਦੇਖਦੇ ਜੀ ਫਾਰਮ ਦੇ ਵਿੱਚ ਇਹਦੀ ਤਾਂ ਇਕੱਲੀ ਦੀ ਜ਼ਰੂਰਤ ਹੁੰਦੀ ਸੀ ਜਿਹੜੀ, ਮਤਲਬ ਇਹਨੂੰ ਕੀ ਕਹਿੰਦੇ ਤੁਸੀਂ, ਹੈ ਨਾ, ਗਾਂਗਾਂ 'ਚ, ਕਿਉਂਕਿ ਕੱਖਾਂ ਦੀ ਮਤਲਬ ਕਮੀ ਹੁੰਦੀ ਹੈ ਛੇਤੀ ਲੇਬਰ ਦੀ, ਪਰ ਆਹ ਤੁਸੀਂ ਜਮੇ ਹੀ ਸਾਰਾ ਕੁਝ ਹੀ ਚੱਕਤਾ, ਇਹ ਵੀ ਇਕੱਲਾ ਗਾ, ਹੈ ਨਾ। ਇਹਦੀ ਕੰਪੈਸਟੀ ਬਾਰੇ ਸਭ ਤੋਂ ਪਹਿਲਾਂ ਆਪਾਂ ਇੱਥੇ ਗੱਲ ਕਰਦੇ ਹਾਂ ਵੀ ਇਹ ਕਿੰਨਾ ਚਾਰ ਅਤੇ ਕਿੰਨੇ ਟਾਈਮ ਦੇ ਵਿੱਚ ਕਿੰਨੀ ਕੰਪੈਸਟੀ ਹੈ ਜੀ ਇੱਕ ਵਾਰੀ ਦੇ ਦੀ? 5 ਕਿਊਬਿਕ ਮੀਟਰ ਦਾ ਜੀ। ਹਾਂਜੀ, ਇਹ ਆਪਣੇ ਫਾਰਮ ਦੇ ਮੁਤਾਬਕ ਵੱਡਾ ਛੋਟਾ ਹੋ ਸਕਦਾ ਜਿੰਨਾ ਆਪਾਂ ਕਰਾਉਣਾ ਚਾਹੁੰਦੇ ਹਾਂ। ਠੀਕ ਹੈ ਜੀ। ਅਤੇ 10 ਤੋਂ 12 ਕੁਇੰਟਲ ਦੀ ਕੰਪੈਸਟੀ ਹੈ? ਕੰਪੈਸਟੀ ਹੈ ਜੀ। ਹਾਂਜੀ ਹਾਂਜੀ। ਤਾਂ ਇਹ ਕਿੰਨੇ ਕੁ ਟਾਈਮ ਦੇ ਵਿੱਚ ਬਾਈ ਇੱਕ ਵਾਰੀ ਦਾ ਜਿਹੜਾ ਚਾਰ ਆ ਜੋ, ਨਾਲ ਨਾਲ ਆਪਾਂ ਚੱਲਦੇ ਹਾਂ ਉਧਰਲੇ ਪਾਸੇ ਫਿਊਚਰਾਂ ਬਾਰੇ ਵੀ ਗੱਲ ਕਰਦੇ ਹਾਂ ਆਪਾਂ, ਤਾਂ ਕਿੰਨੇ ਕੁ ਟਾਈਮ ਦੇ ਵਿੱਚ ਮਤਲਬ ਜਿਹੜਾ ਇਹ ਇੱਕ ਵਾਰੀ ਦਾ ਜਿਹੜਾ ਚਾਰ ਆ ਇਹ ਅੰਦਰ ਮਗਰ ਪਾ ਦਿੰਦੀ ਹੈ ਟੈਂਕੀ 'ਚ? ਬਸ ਵੱਧ ਤੋਂ ਵੱਧ ਤਾਂ 7 ਮਿੰਟ ਆ ਜੀ, ਬਾਕੀ ਆਪਣਾ ਚਲਾਉਣ ਵਾਲੇ ਦੇ ਸਿਰ ਤੇ ਹੁੰਦਾ, ਹੈ ਨਾ। ਹਾਂਜੀ, ਵੀ ਕਿੰਨੀ ਵਧੀਆ ਡਰਾਈਵਿੰਗ ਕਰਦਾ ਉਹ। ਓਕੇ, ਜਾਂ ਕਿੰਨਾ ਵਧੀਆ ਕਿੰਨੇ ਵਧੀਆ ਤਰੀਕੇ ਨਾਲ ਆਪਰੇਟ ਕਰ ਸਕਦਾ। ਹਾਂਜੀ ਹਾਂਜੀ, ਬਿਲਕੁਲ ਜੀ। ਹਾਂਜੀ ਹਾਂਜੀ। ਤੇ ਦੂਜੀ ਗੱਲ ਲੱਗਿਆ ਹੋਇਆ ਜੀ ਇਹਦਾ? ਅੱਛਾ ਜੀ। ਤੇ ਨਾਲ ਇਹਦੇ ਕਨਵੇਅਰ ਲੱਗੀ ਹੋਈ ਹੈ ਜੀ। ਓਕੇ, ਇਹਨੇ ਪੱਟੀ ਜਾਣਾ, ਉਹ ਕਨਵੇਅਰ ਨੇ ਚੱਕ ਕੇ ਉਹਨੂੰ TMR ਕਨਵੇਅਰ ਬੈਲਟ ਨੇ ਸਿੱਟੀ ਜਾਣਾ ਜੀ ਅੰਦਰ। ਹਾਂ ਜੀ, TMR ਚ ਲੈ ਜਾਣਾ। ਠੀਕ ਹੈ ਜੀ ਬਾਈ। ਬਾਕੀ ਜਿੰਨਾ ਵੀ ਕੰਟਰੋਲ ਆ ਇਹਦਾ, ਹਾਂਜੀ, ਉਹ ਸਾਰਾ ਆਪਣਾ ਇੱਥੇ ਹੀ ਹੈ। ਓਕੇ, ਤੇ ਡਰਾਈਵਰ ਦੇ ਹੱਥ ਦੇ ਵਿੱਚ ਹੀ ਕਰਦਾ? ਹਾਂਜੀ ਹਾਂਜੀ, ਇਹਦੇ ਵਿੱਚ ਕੋਈ ਕਲੱਚ ਨਹੀਂ, ਬ੍ਰੇਕ ਨਹੀਂ, ਕੁਛ ਨਹੀਂ, ਜੋ ਕੁਛ ਵੀ ਹੈ ਸਾਰਾ ਆਹੀ ਹੈ ਬਸ। ਓਕੇ, ਇਸੇ ਤੋਂ ਹੀ ਬ੍ਰੇਕ ਹੈ ਇਹਦੀ, ਇਹੀ ਕਲੱਚ ਸਮਝ ਲਓ। ਹਾਂਜੀ, ਸਭ ਕੁਝ ਇਹੀ ਹੈ ਬਸ। ਹੁਣ ਨਿਊਟਰਲ ਹੈ, ਜੇ ਅੱਗੇ ਨੂੰ ਕਰਦੇ ਆ ਮੂਰੇ ਕਰਪਣਾ, ਅੱਗੇ ਹੋ ਜਾਣਾ, ਪਿੱਛੇ ਕਰਦੇ ਆ ਪਿੱਛੇ ਹੋ ਜਾਣਾ। ਬਸ ਠੀਕ ਹੈ। ਬਾਕੀ ਆ ਕੰਟਰੋਲ ਆ ਗਿਆ ਜੀ ਇਹਦਾ? ਹਾਂਜੀ, ਇਹ ਕੰਟਰੋਲ ਕਾਦੇ ਕਾਦੇ ਲਈ? ਇਲੈਕਟ੍ਰੋਨਿਕ ਕੰਟਰੋਲ ਆ, ਉਹ ਮਤਲਬ ਕਨਵੇਅਰ ਨੂੰ ਆਪਰੇਟ ਕਰਨਾ, ਹੈ ਨਾ, ਹਾਂਜੀ, ਜਾਂ ਕਨਵੇਅਰ ਉੱਪਰ ਥੱਲੇ ਕਰਨੀ, TMR ਦੇ ਵਿੱਚ ਬਰਮ ਨੂੰ ਆਪਣਾ ਘੁਮਾਉਣਾ। ਓਕੇ, ਸਾਰਾ ਕੰਟਰੋਲ ਇੱਥੇ ਆ ਗਿਆ ਜੀ, ਇਹ ਇਲੈਕਟ੍ਰੋਨਿਕ ਜਾਂ ਹਾਈਡ੍ਰੋਲਿਕ ਟੋਟਲੀ ਇਹੀ ਕੰਟਰੋਲ ਹੈ, ਇਹੀ ਕੰਟਰੋਲ ਹੈ ਜੀ। ਬਾਕੀ ਆ ਦੂਜੀ ਗੱਲ ਭਾਈ, ਸਕਰੀਨਾਂ ਜਿਹੜੀਆਂ ਦੋ ਲੱਗੀਆਂ ਹੋਈਆਂ,
ਉੱਪਰ ਤਾਂ ਜੀ ਕੈਮਰੇ ਚੱਲਦੇ ਆ, ਓਕੇ, ਹਾਂ ਉਹ ਆਪਾਂ ਦੇਖ ਵੀ ਸਕਦੇ ਆ ਚਲਾ ਕੇ। ਤੇ ਜਿਹੜਾ ਨੀਚੇ ਸਕਰੀਨ ਆ ਜੀ ਆਹ, ਹਾਂਜੀ, ਇਹ ਆਪਣਾ ਟੋਟਲੀ ਇਹਦਾ ਕੰਟਰੋਲ ਇਹ ਸਮਝ ਲਓ ਵੀ ਇਹ ਜਿਹੜਾ ਇਹ ਸਕਰੀਨ ਹੀ ਹੈ, ਇਹ ਸਕਰੀਨ ਹੀ ਹੈ ਇਹ ਜਾਨੀ ਕਿ। ਹਾਂਜੀ ਹਾਂਜੀ, ਇਹਦੇ ਵਿੱਚ ਆਪਾਂ ਮੰਨ ਲਓ ਜਦੋਂ ਆਪਾਂ ਫੀਡ ਪਾਉਣੀ ਆ ਪਸ਼ੂ, ਹਾਂਜੀ, ਹਨਾ, ਆਪਾਂ ਨੂੰ ਮੰਨ ਲਾ ਜੇ ਮੁਲਾਜ਼ਮ ਬੰਦਾ ਉਹਨੂੰ ਨਹੀਂ ਪਤਾ ਹੁੰਦਾ, ਹਾਂ ਬਿਲਕੁਲ, ਆਪਾਂ ਯਾਦ ਰੱਖ ਲੈਂਦੇ ਮੁਲਾਜ਼ਮ ਨੂੰ ਨਹੀਂ ਯਾਦ ਨਹੀਂ ਯਾਦ ਰਹਿੰਦੀ, ਇਹਦੇ ਉੱਤੇ ਤੁਸੀਂ ਸ਼ਡਿਊਲ ਬਣਾ ਸਕਦੇ ਹੋ ਹਫ਼ਤੇ ਭਰ ਦਾ। ਠੀਕ ਹੈ, ਵੀ ਇਸ ਵੀ ਜਿਵੇਂ ਸਵੇਰ ਦੇ ਟਾਈਮ ਆਪਾਂ ਕਿਹੜੇ ਪਸ਼ੂਆਂ ਨੂੰ ਕਿਹੜੀ ਫੀਡ ਪਾਉਣੀ, ਫੀਡ ਪਾਉਣੀ ਆ, ਮਤਲਬ ਦੁਧਾਰੂ ਅਲੱਗ ਆ ਗਏ, ਹਨਾ, ਜਾਂ ਜਿਹੜੀਆਂ ਗੱਭਣ ਅਲੱਗ ਆ ਗਈਆਂ, ਬੱਸੀਆਂ ਅਲੱਗ ਆ ਗਈਆਂ, ਉਹਦੇ ਉੱਤੇ ਤੁਸੀਂ ਪੂਰਾ ਇਹਦੇ ਤੇ ਸ਼ਡਿਊਲ ਦੇ ਸਕਦੇ ਹੋ। ਓਕੇ, ਵੀ ਜਿਹੜਾ ਵੀ ਬੰਦਾ ਆਊਗਾ ਦੇਖੂਗਾ ਵੀ ਇਸ ਟਾਈਮ ਤੇ ਆਪਾਂ ਕਿਹੜੀ ਫੀਡ ਪਾਉਣੀ ਆ, ਤਾਂ ਉਹਦੇ ਸਾਰਾ ਸਾਹਮਣੇ ਲਿਖਿਆ ਆਜੂ, ਉਹਦੇ ਵਾਸਤੇ ਡਰਾਈਵਰ ਦੇ ਹੱਥ 'ਚ ਹੀ ਹੈਗੇ ਕੰਮ, ਉਹਨੇ ਦੇਖ ਲੈਣਾ ਵੀ ਭਾਈ ਆਹ ਚੀਜ਼ ਨੂੰ ਇੰਨੀ ਚੀਜ਼ ਪੈਣੀ ਆ। ਬਾਕੀ ਹੋਰ ਆ ਜੀ, ਜੇ ਬੰਦਾ ਚਾਹੇ ਤਾਂ ਉਹ ਆਪਾਂ ਇੰਟਰਨੈਟ ਨਾਲ ਵੀ ਜੋੜ ਸਕਦੇ ਆ। ਠੀਕ ਹੈ, ਵੀ ਬੰਦੇ ਦੇ ਫੋਨ ਤੇ, ਬੰਦਾ ਜਿੱਥੇ ਮਰਜ਼ੀ ਬੈਠਾ, ਜਿੱਥੇ ਮਰਜ਼ੀ ਬੈਠਾ ਉਹਦੇ ਫੋਨ ਨਾਲ ਕੰਟੈਕਟ ਹੋ ਜਾਊਗਾ। ਓਕੇ, ਜਦੋਂ ਕੋਈ ਵੀ ਬੰਦਾ ਜਿਹੜਾ ਬੰਦਾ ਕੰਮ ਕਰਦਾ, ਹਾਂ, ਤੇ ਜਦੋਂ ਉਹ ਕੰਮ ਕਰੂਗਾ ਉਹਦੇ ਕੋਲੇ ਮੈਸੇਜ ਜਾਊਗਾ ਵੀ ਇਹਨੇ ਕਿੰਨਾ ਚਾਰ ਪਾਤਾ, ਕਿੰਨਾ ਚਾਰ ਪਾਤਾ, ਵੀ ਵਜਨ ਕਿੰਨਾ ਸੀਗਾ, ਵੀ ਕਿੰਨਾ ਵਜਨ ਆ, ਇਹਦੇ ਉੱਤੇ ਉਹ ਬੈਠਾ ਉੱਥੋਂ ਚੇਂਜ ਵੀ ਕਰ ਸਕਦਾ। ਓਕੇ, ਬਾਕੀ ਮਸ਼ੀਨ ਨੇ ਅਲਾਰਮ ਦੇ ਦੇਣਾ ਜਦੋਂ ਚਾਰ ਪੂਰਾ ਹੋ ਗਿਆ, ਹਾਂ ਬਾਈ, ਮਤਲਬ 5 ਜਾਂ 10 ਕੁਇੰਟਲ ਜਿੰਨਾ ਵੀ ਆਪਾਂ ਪਾਉਣਾ, ਠੀਕ ਹੈ, ਅਲਾਰਮ ਦੇ ਦੇਣਾ ਵੀ ਤੁਹਾਡਾ ਚਾਰ ਪੂਰਾ ਹੋਊਗਾ। ਓਕੇ, ਤੇ ਤੂੜੀ ਪਾਉਣੀ ਆ, ਤੂੜੀ ਦਾ ਅਲਾਰਮ ਦੇ ਦੇਣਾ, ਫੀਡ ਆ। ਅੱਛਾ ਵੀ ਇਹਨੇ ਆਪ ਹੀ ਦੱਸਿਆ, ਇਧਰ ਹੀ ਪਤਾ ਲੱਗੀ ਜਾਣਾ ਵੀ ਆਪਾਂ ਕੰਡੇ ਕੰਨੀ ਪਾਉਂਦੀ, ਨਾ ਹੀ ਝਾਕੇ ਤੋਂ ਸੈੱਟ ਕਰਤਾ ਇੱਕ, ਉਹਨੇ ਅਲਾਰਮ ਦੇ ਦੇਣਾ, ਇਹਨੇ ਅਲਾਰਮ ਦੇ ਦੇਣਾ ਜੀ। ਠੀਕ ਹੈ ਜੀ, ਬਾਕੀ ਉਹ ਕੈਮਰਾ ਉਹ ਤੋਂ ਆਪਾਂ ਬੈਕ ਕੈਮਰਾ ਚੱਲ ਜਾਂਦਾ, ਹਾਂਜੀ, ਇੱਕ TMR ਦੇ ਵਿੱਚ ਚੱਲ ਜਾਂਦਾ, ਚੱਲਦਾ ਦੇਖਦੇ ਆ ਬੰਦਾ, ਬਿਲਕੁਲ ਸਮੂਥ ਕੰਟਰੋਲ ਆ ਜੀ। ਓਕੇ ਜੀ, ਬਾਕੀ 4x4 ਆ ਜੀ ਇਹ। ਅੱਛਾ, ਦੋਨੇ ਪਾਸੇ ਚਾਰੇ ਵੀਲੀ ਡਰਾਈਵ ਕਰਦੇ ਆ ਤੇ ਚਾਰੇ ਵੀਲੀ ਦੀ ਕਟਾਈ ਕਰਦੇ ਆ ਜੀ, ਕਟਾਈ ਕਰਦੇ ਆ, ਹਾਂ, ਕਈ ਵਾਰੀ ਕਿਤੇ ਫਾਰਮ ਤੰਗ ਹੁੰਦੇ ਆ, ਹਾਂ ਵੀ ਕਿਤੇ ਥਾਂ, ਹਾਂ ਤੇ ਅੱਛਾ ਕਰਤਾਰ ਭਾਈ, ਤੇ ਉਦੋਂ ਬਾਅਦ ਫਿਰ ਜਿਹੜਾ ਇਹ ਪਾਉਣ ਵਾਲੀਆਂ ਬੈਲਟ ਇਧਰਲੇ ਪਾਸੇ ਲੱਗੀ ਹੋਈ ਆ ਜੀ, ਇਹਦੇ ਇਧਰ ਵੀ ਆ ਜੀ, ਉਧਰ ਵੀ ਆ, ਦੋਨੇ ਪਾਸੇ ਆ ਕਨਵੇਅਰ ਲੱਗੀ ਹੋਈ ਹੈ ਜੀ ਇਹਦੇ। ਓਕੇ, ਆ ਇੱਕ ਸਿੰਗਲ ਗੇਟ ਆ ਗਿਆ ਇਹਦਾ। ਠੀਕ ਹੈ ਵੀਰੇ, ਗੇਟ ਓਪਨ ਕਰੋ, ਹਾਂ, ਤੁਸੀਂ ਜੇ ਇਧਰ ਪਾਉਣਾ ਮਤਲਬ ਚਾਰ ਇਧਰ ਪਾਉਣਾ ਇਧਰ ਪਾ ਲਓ, ਉਧਰ ਪਾਉਣਾ ਉਧਰ ਪਾ ਲਓ, ਉਹ ਕੋਈ ਸਮੱਸਿਆ ਨਹੀਂ ਹੈਗੀ। ਠੀਕ ਹੈ ਵੀ, ਦੋਨੇ ਪਾਸੇ ਜਿੱਧਰ ਮਰਜ਼ੀ ਪਾਈ ਚੱਲੋ, ਲੋੜ ਨਹੀਂ ਦੁਬਾਰੇ। ਠੀਕ ਹੈ, ਉਹਨੇ ਆਪੇ ਪਾਈ ਜਾਣਾ, ਚਾਹੇ ਤੁਸੀਂ ਇਧਰ ਪਾ ਲਓ ਜਾਂ ਉਧਰ ਪਾ ਲਓ। ਇਹ ਵੀ ਆਟੋ ਘੱਟ ਹੀ ਅੰਦਰੋਂ, ਇਹ ਹਾਂ ਅੰਦਰੋਂ ਸਾਰਾ ਕੰਟਰੋਲ, ਕੰਟਰੋਲ ਸਾਰਾ ਅੰਦਰੋਂ ਹੀ, ਅੰਦਰ ਹੀ ਆ ਜੀ, ਬਾਹਰ ਆ ਕੇ ਕੁਝ ਨਹੀਂ ਕਰਨਾ ਬੰਦੇ। ਓਕੇ, ਠੀਕ ਹੈ ਜੀ, ਤੇ ਬਾਕੀ ਹਾਈਡ੍ਰੋਲਿਕ ਮੋਟਰਾਂ ਲੱਗੀਆਂ ਹੋਈਆਂ ਇਸ ਨੀਚੇ। ਓਕੇ, ਹਾਂ ਹਾਂ, ਇਹ ਵੀ ਕੋਈ ਝੰਜਟ ਨਹੀਂ, ਬਿਲਕੁਲ ਆਸਾਨ ਆ, ਕੋਈ ਗੇਅਰ ਨਹੀਂ ਬਦਲਣਾ, ਕੁਝ ਨਹੀਂ ਕਰਨਾ ਬਸ। ਓਕੇ, ਸਾਰਾ ਪੂਰਾ ਪ੍ਰੈਸਰ ਤੇ ਹੈ ਕੰਮ ਇਹਦਾ, ਹਨਾ, A to Z। ਹਾਂ ਜੀ, ਇਹ ਸਭਸਾ ਵੀ ਬਹੁਤ ਤਕੜਾ ਬਾਈ, ਹਨਾ। ਹਾਂ ਜੀ, ਹਾਂ ਜੀ, ਆਪਾਂ ਦੇਖਿਆ ਜਾਵੇ ਤਾਂ ਬਹੁਤ ਠੋਸ ਤੇ ਚੰਗੀ ਚੀਜ਼ ਬਣੀ ਵੀ ਹੈ। ਤਾਂ ਇੱਧਰ ਨਾਲ ਕੰਡੇ ਆ ਗਏ ਥੱਲੇ ਵੀਰੇ, ਹੈ ਥੱਲੇ ਲੋਡ ਸੈੱਲ ਲੱਗੇ ਹੋਏ ਆ। ਓਕੇ ਓਕੇ, ਠੀਕ ਹੈ, ਹਾਂ ਹਾਂ। ਤੇ ਕਰਤਾਰ ਭਾਈ, ਇਹ ਹੁਣ ਆਪਣੀ ਜਿਹੜੀ ਮਸ਼ੀਨ ਹੈ, ਇਹ ਸਭ ਤੋਂ ਜਿਹੜੀ ਪਹਿਲੀ ਮਸ਼ੀਨ ਆ, ਹੁਣ ਆਪਣੀ ਕਿੱਥੇ ਜਾ ਰਹੀ ਹੈ? ਇਹ ਜੀ ਮਹਾਂਪੁਰਸ਼ ਨੇ ਫਰਵਾਹੀ ਤੋਂ, ਓਕੇ, ਉਹਨਾਂ ਕੋਲੇ ਮਸ਼ੀਨ ਆਪਣੀ ਜਾ ਰਹੀ ਹੈ। ਠੀਕ ਹੈ ਜੀ, ਹਾਂ ਜੀ, ਹਾਂ ਜੀ, ਇਹ ਤਾਂ ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਸੀਗੀ, ਹੈ ਨਾ, ਹਾਂ, ਤੇ ਉਹਨਾਂ ਦੀ ਨਿਗਾਹ ਪੈ ਗਈ। ਓਕੇ, ਤੇ ਹਾਂ ਜੀ, ਹਾਂ ਜੀ, ਉਹਨਾਂ ਨੂੰ ਪਹਿਲੀ ਵਾਰੀ 'ਚ ਪਸੰਦ ਆ ਗਈ ਜੀ। ਠੀਕ ਹੈ, ਹਾਂ ਜੀ, ਹਾਂ ਜੀ, ਠੀਕ ਹੈ, ਚਲੋ ਵਧੀਆ ਗੱਲ ਹੈ ਜੀ ਇਹ। ਤੇ ਮਹਾਂਪੁਰਸ਼ ਆਪਾਂ ਫਿਰ ਕਿੰਨੇ ਕੁ ਜਿਹੜੇ ਉੱਥੇ ਪਸ਼ੂ ਆ ਜੀ ਆਪਣੇ ਕਹਿ ਸਕਦੇ ਹਾਂ ਆਪਾਂ? ਆਪਣੇ ਕੋਲ ਹੋਊਗਾ ਜੀ 125 ਪਸ਼ੂ ਹੋਊਗਾ। 125 ਪਸ਼ੂ ਹੋਊਗਾ ਜੀ, ਠੀਕ ਹੈ ਜੀ, ਉਹਦੇ ਵਾਸਤੇ ਆਪਾਂ ਨੇ ਲੈ ਕੇ ਜਾਣੀ ਹੈ, ਉੱਥੇ ਲੈ ਕੇ ਜਾਣੀ ਹੈ ਜੀ। ਠੀਕ ਹੈ ਜੀ, ਨਹੀਂ ਨਹੀਂ, ਚਲੋ ਵਧੀਆ ਗੱਲ ਹੈ ਜੀ। ਨਾਲੇ ਹੋਰ ਆਪਣੇ ਗਊਸ਼ਾਲਾ ਦਾ ਕੰਮ ਨੇ ਜੀ, ਕੋਈ ਆਪਾਂ ਨੂੰ ਮਸ਼ੀਨਾਂ ਹੋਰ ਠੀਕ ਲੱਗੀਆਂ ਤਾਂ ਆਪਾਂ ਇਹਨਾਂ ਤੋਂ ਹੋਰ ਵੀ ਬਿਲਕੁਲ ਜੀ ਵੀ ਅੱਗੇ ਵਾਸਤੇ ਬਣਾਵਾਂਗੇ ਜੀ, ਬਿਲਕੁਲ ਜੀ, ਹਾਂਜੀ ਹਾਂਜੀ। ਬਾਕੀ ਬੜੀਆਂ ਰੀਝਾਂ ਲਾਈਆਂ ਬਾਈ ਕਰਤਾਰ ਨੇ, ਬਾਕੀ ਕਰਤਾਰ ਬਹੁਤ ਬਹੁਤ ਵਧਾਈਆਂ। ਬਾਕੀ ਜਿਹੜੇ ਤੂੰ ਫਿਊਚਰ ਅੱਜ ਪਾਏ ਆ, ਤਾਂ ਜਿੱਥੋਂ ਤੱਕ ਆਪਾਂ ਵੀ ਦੇਖਦੇ ਹਾਂ, ਹਨਾ, ਇਹ ਸਾਰੇ ਫਿਊਚਰ ਬਾਹਰਲੇ ਸੀਗੇ। ਜਿੱਦੇ ਆਪਣੀ ਮਸ਼ੀਨ ਦੀ ਤਿਆਰੀ ਵੀ ਹੋਈ ਜਾਂਦੀ ਸੀ, ਮੈਂ ਉਦੋਂ ਵੀ ਇੱਕ ਦਿਨ ਆਇਆ ਸੀ, ਮੈਂ ਦੇਖਿਆ, ਮੈਂ ਕਿਹਾ ਯਾਰ ਚੀਜ਼ ਕਮਾਲ ਬਣਾਈ ਜਾਂਦਾ, ਅਤੇ ਮੈਂ ਕਿਹਾ ਚਾਹੀ ਅਸੀਂ ਵੀ ਵੇਟ ਕਰੀ ਜਾਂਦੇ ਸੀਗੇ ਵੀ ਕਦੋਂ ਇਹਨੇ ਬਣ ਕੇ ਰੈਡੀ ਨਿਕਲਣਾ, ਕਦੋਂ ਸਾਡੇ ਢਬਾਲੀ ਦਾ ਨਾਂ ਇਹਨੇ ਉੱਚਾ ਕਰਨਾ। ਠੀਕ ਹੈ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਆਪਦੇ ਪਿੰਡ ਦੇ ਵਿੱਚ ਇੰਨੀ ਵਧੀਆ ਚੀਜ਼ ਬਣਾਉਣੀ, ਹੈ ਨਾ, ਤਰੱਕੀ ਇੰਡੀਆ ਦੀ ਪਹਿਲੀ ਕਹਿ ਸਕਦੇ ਹਾਂ ਵੀ ਹੁਣ ਢਬਾਲੀ 'ਚੋਂ ਮਸ਼ੀਨ ਬਣ ਕੇ ਨਿਕਲੀ ਸੀਗੀ। ਹਾਂਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।